ਇੱਕ ਵਾਰੀ ਮੁਹੱਬਤ ਦੇ ਨਾਲ ਕਹੀਏ ਸੁਭਾਨ ਅੱਲਾਹ। ਮੈਨੂੰ ਰਾਜ਼ੀ ਕਰਨ ਲਈ ਨਹੀਂ ਸੁਭਾਨ ਅੱਲਾਹ ਕਹਿਣੀ। ਜਿਹੜਾ ਬੰਦਾ ਆਪਣੀ ਮਰਜ਼ੀ ਦੇ ਨਾਲ ਆਏ ਉਹ ਬੰਦਾ ਵੀ ਸੁਭਾਨ ਅੱਲਾਹ ਨਾ ਆਖੇ। ਜਿਹੜਾ ਬੰਦਾ ਕਿਸੇ ਦੀ ਮਰਜ਼ੀ ਦੇ ਨਾਲ ਆਇਆ ਉਹ ਬੰਦਾ ਵੀ ਸੁਭਾਨ ਅੱਲਾਹ ਨਾ ਆਖੇ। ਉਹ ਬੰਦਾ ਹੱਥ ਚੁੱਕ ਕੇ ਸੁਭਾਨ ਅੱਲਾਹ ਆਖੇ ਜਿਹੜੇ ਹਸਨੈਨ ਕਰੀਮ ਦੇ ਨਾਨਾ ਦੀ ਮਰਜ਼ੀ ਦੇ ਨਾਲ ਆਏ। ਇੱਕ ਵਾਰੀ ਮੁਹੱਬਤ ਦੇ ਨਾਲ ਨਾਰਾਏ ਰਿਸਾਲਤ ਦਮ ਦਮ ਬੋਲ ਹਰ ਦਮ ਬੋਲ ਸੈਯਦੀ ਮੁਰਸ਼ਿਦੀ ਸੈਯਦੀ ਮੁਰਸ਼ਿਦੀ। ਜਿਹੜੇ ਦੋਸਤ ਖੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਸਾਂ, ਅੱਗੇ ਜਗ੍ਹਾ ਹੈ, ਮਿਹਰਬਾਨੀ ਕਰੋ ਬੈਠ ਕੇ ਅਦਬ ਤੇ ਇਹਤਰਾਮ ਦੇ ਨਾਲ ਮਹਿਫਿਲ ਪਾਕ ਨੂੰ ਸਮਾਪਤ ਕਰੋ। ਔਰ ਯਕੀਨਨ ਮਹਿਫਿਲ ਪਾਕ ਨੂੰ ਬੈਠ ਕੇ ਅਦਬ ਔਰ ਇਹਤਰਾਮ ਦੇ ਨਾਲ ਸਮਾਪਤ ਕਰਨਾ ਚਾਹੀਦਾ ਹੈ। ਇੱਕ ਵਾਰੀ ਮੁਹੱਬਤ ਦੇ ਨਾਲ ਬੋਲ ਸੈਯਦੀ ਮੁਰਸ਼ਿਦੀ। ਬੜੇ ਖੂਬਸੂਰਤ ਸਨਾ ਖਾਨ ਮੁਸਤਫਾ ਨੇ ਮੈਂ ਜਿੰਨਾ ਤੱਕ ਸਫ਼ਰ ਕਰਨਾ ਹੈ, ਬੜੇ ਖੂਬਸੂਰਤ ਇਨਸ਼ਾਅੱਲਾ ਤੁਸੀਂ ਹਾਫਿਜ਼ ਉਮਰ ਦਰਾਜ਼ ਸਿਆਲਵੀ ਸਾਹਿਬ ਨੂੰ ਸਮਾਤ ਕਰਨਾ ਹੈ, ਇਨਸ਼ਾਅੱਲਾ ਤੁਹਾਡਾ ਜ਼ੌਕ ਤਾਜ਼ਾ ਹੋ ਜਾਣਾ ਹੈ। ਬੜਾ ਖੂਬਸੂਰਤ ਔਰ ਪਿਆਰੀ ਆਵਾਜ਼ ਅੱਲਾਹ ਤਾਲਾ ਨੇ ਅਤਾ ਫਰਮਾਈਏ, ਅੱਲਾਹ ਤਾਲਾ ਮਜ਼ੀਦ ਆਪ ਦਿਲ ਮੰਦਰ ਉਮਰ ਅੰਦਰ ਬਰਕਤ ਅਤਾ ਫਰਮਾਏ। ਇੱਕ ਵਾਰੀ ਮੁਹੱਬਤ ਦੇ ਨਾਲ ਸੈਯਦੀ ਮੁਰਸ਼ਿਦੀ ਸੈਯਦੀ ਮੁਰਸ਼ਿਦੀ। ਸਪੀਕਰਾਂ ਤੋਂ ਪਾਬੰਦੀ ਵੀ ਹਟ ਗਈ ਹੈ ਤੇ ਤੁਸੀਂ ਕਰੀ ਮਾਕਾ ਦਾ ਨਾਂ ਲਵੋ, ਹੁੰਦਾ ਕੁਝ ਨਹੀਂ। ਮੁਹੱਬਤ ਦੇ ਨਾਲ ਬੋਲ ਸੈਯਦੀ ਮੁਰਸ਼ਿਦੀ ਸੈਯਦੀ ਮੁਰਸ਼ਿਦੀ। ਦੋ ਜਗਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ। ਦੋ ਜਗਤੇ ਹੈ ਰਾਜ ਨਬੀ ਦਾ, ਦੋ ਜਗਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ, ਨਬੀਆਂ ਦੇ ਨਬੀਆਂ ਦੇ ਨਬੀਆਂ ਦੇ ਨਬੀਆਂ ਦੇ ਸਰਤਾਜ ਨਬੀ ਦਾ। ਦੋ ਜਗਤੇ ਹੈ ਰਾਜ ਨਬੀ ਦਾ, ਦੋ ਜਗਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ। ਕੱਲਾ ਮੈਂ ਨਹੀਂ ਜਦ ਸੱਚ ਕੋਈ, ਤੂੰ ਵੀ ਹੈ ਮੁਹਤਾਜ ਨਬੀ ਦਾ। ਜੋ ਜੋ ਨਬੀ ਕਾ ਨੌਕਰ ਹੈ, ਹੱਥ ਬੁਲੰਦ ਕਰਕੇ ਬੋਲ ਸੈਯਦੀ ਮੁਰਸ਼ਿਦੀ ਸੈਯਦੀ ਮੁਰਸ਼ਿਦੀ। ਦੋ ਜਗਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ। ਕੱਲਾ ਮੈਂ ਨਹੀਂ ਜਦ ਸੱਚ ਕੋਈ, ਕੱਲਾ ਮੈਂ ਨਹੀਂ ਜਦ ਸੱਚ ਕੋਈ, ਤੂੰ ਵੀ ਹੈ ਮੁਹਤਾਜ ਨਬੀ ਦਾ, ਤੂੰ ਵੀ ਹੈ ਮੁਹਤਾਜ ਨਬੀ ਦਾ, ਤੂੰ ਵੀ ਹੈ ਮੁਹਤਾਜ ਨਬੀ ਦਾ, ਤੂੰ ਵੀ ਹੈ ਮੁਹਤਾਜ ਨਬੀ ਦਾ। ਜਿਬਰਾਇਲ ਦੇ ਨਾਲ ਫਰਿਸ਼ਤੇ ਕਰਦਣ ਕੰਮ ਤੇ ਕਾਜ ਨਬੀ ਦਾ। ਜਿਬਰਾਇਲ ਦੇ ਨਾਲ ਫਰਿਸ਼ਤੇ, ਜਿਬਰਾਇਲ ਦੇ ਨਾਲ ਫਰਿਸ਼ਤੇ ਕਰਦਣ ਕੰਮ ਤੇ ਕਾਜ ਨਬੀ ਦਾ, ਕਰਦਣ ਕੰਮ ਤੇ ਕਾਜ ਨਬੀ ਦਾ, ਕਰਦਣ ਕੰਮ ਤੇ ਕਾਜ ਨਬੀ ਦਾ, ਕਰਦਣ ਕੰਮ ਤੇ ਕਾਜ ਨਬੀ ਦਾ। ਸੁਣਿਆ ਕਰ ਮੀਲਾਦ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ। ਦੋ ਜਗਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ। ਕੱਲਾ ਮੈਂ ਨਹੀਂ ਜਦ ਸੱਚ ਕੋਈ, ਤੂੰ ਵੀ ਹੈ ਮੁਹਤਾਜ ਨਬੀ ਦਾ, ਤੂੰ ਵੀ ਹੈ ਮੁਹਤਾਜ ਨਬੀ ਦਾ, ਤੂੰ ਵੀ ਹੈ ਮੁਹਤਾਜ ਨਬੀ ਦਾ। ਜਿਹੜਾ ਕਿਸੇ ਹੋਰ ਦਾ ਮੁਹਤਾਜ ਹੈ, ਵਜ਼ੀਰ ਮੁਸ਼ੀਰ ਐਮਐਲਏ ਐਮਪੀਏ ਦਾ ਮੁਹਤਾਜ ਹੈ ਜਾਂ ਵਜ਼ੀਰ ਆਜ਼ਮ ਦਾ ਮੁਹਤਾਜ ਹੈ, ਉਹ ਬਿਲਕੁਲ ਨਾ ਬੋਲੇ। ਜਿਹੜਾ ਸਰਕਾਰ ਦਾ ਨੌਕਰ ਹੈ, ਜਿਹੜਾ ਮੁਹਤਾਜ ਹੈ, ਸਰਕਾਰ ਦਾ ਹੱਥ ਬੁਲੰਦ ਕਰਕੇ ਸੈਯਦੀ ਮੁਰਸ਼ਿਦੀ ਸੈਯਦੀ ਮੁਰਸ਼ਿਦੀ। ਦੋ ਜਗਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ। ਕੱਲਾ ਮੈਂ ਨਹੀਂ ਜਦ ਸੁਚ ਕੋਈ, ਤੂੰ ਵੀ ਹੈ ਮੁਹਤਾਜ ਨਬੀ ਦਾ, ਤੂੰ ਵੀ ਹੈ ਮੁਹਤਾਜ ਨਬੀ ਦਾ। ਸੁਣਿਆ ਕਰ ਮੀਲਾਦ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ। ਕੋਈ ਫਲਕ ਉੱਤੇ ਰਹਿ ਜਾ ਰਿਹਾ, ਕੋਈ ਫਲਕ ਉੱਤੇ ਰਹਿ ਜਾ ਰਿਹਾ, ਕੋਈ ਫਲਕ ਉੱਤੇ ਰਹਿ ਜਾ ਰਿਹਾ, ਕੋਈ ਜਾਸੂਸ ਕੋਈ ਫਲਕ ਉੱਤੇ ਰਹਿ ਜਾ ਰਿਹਾ, ਕੋਈ ਫਲਕ ਉੱਤੇ ਰਹਿ ਜਾ ਰਿਹਾ, ਕੋਈ ਜਾ ਸਿਦਰਾ ਤੇ ਹਾਰ ਗਿਆ। ਓਏ ਇੱਕ ਕਾਲੀਆਂ ਜ਼ੁਲਫਾਂ ਵਾਲਾ ਸੀ, ਜਿਹੜਾ ਅਰਸ਼ ਤੋਂ ਵੀ ਲੰਘ ਪਾਰ ਗਿਆ। ਦੋ ਚੁੱਕਤੇ ਹੈ ਰਾਜ ਨਬੀ ਦਾ, ਨਬੀਆਂ ਦੇ ਸਰਤਾਜ ਨਬੀ ਦਾ। ਕੱਲਾ ਮੈਂ ਨਹੀਂ ਜਦ ਸੁਚ ਕੋਈ, ਤੂੰ ਵੀ ਹੈ ਮੁਹਤਾਜ ਨਬੀ ਦਾ। ਸੁਣਿਆ ਕਰ ਮੀਲਾਦ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ, ਪੜਿਆ ਕਰ ਮੇਰਾਜ ਨਬੀ ਦਾ। ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਮੇਰਾਜ ਨਬੀ ਤੁਹਾਨੂੰ ਸੁਣਾਵਾਂ। ਮੁਹੱਬਤ ਦੇ ਨਾਲ ਅੱਖ ਸੁਭਾਨ ਅੱਲਾਹ।
ਜਿੰਦਾ ਦਿਲ ਚੰਦਾ ਸਰਕਾਰ ਦੀ ਮਿਹਰਾਜ ਸੁਣਨ ਤੇ ਇੱਕ ਵਾਰੀ ਮੁਹੱਬਤ ਦੇ ਨਾਲ ਕਹੀਏ ਸੁਭਾਨ ਅੱਲਾਹ ਔਰ ਤਵੱਜੋ ਕਰਨੀ ਹੈ ਜੁਮਲੇ ਸਮਾਤ ਕਰਨੇ ਨੇ ਹਜ਼ਰਤ ਬੜੀ ਤਵੱਜੋ ਦੋ ਚਿਤੇ ਹੈ ਰਾਜ ਨਬੀ ਦਾ ਨਬੀਆਂ ਦੇ ਸਰਤਾਜ ਨਬੀ ਦਾ ਕੱਲਾ ਮੈਂ ਨਹੀਂ ਜਦ ਸੱਚ ਕਿਉਂ ਇਹ ਤੂੰ ਵੀ ਹੈ ਮੋਤਾਜ ਨਬੀ ਦਾ ਸੁਣਿਆ ਕਰ ਮੀਲਾਦ ਨਬੀ ਦਾ ਪੜਿਆ ਕਰ ਮਿਹਰਾਜ ਨਬੀ ਦਾ ਪੜਿਆ ਕਰ ਮਿਹਰਾਜ ਨਬੀ ਦਾ ਹਰ ਪਾਸੇ ਜਗਮਗ ਜਗਮਗ ਹੈ ਮਿਹਰਾਜ ਦੀ ਰਾਤ ਤੇ ਕਿਆ ਕਹਿੰਨੇ ਹਰ ਪਾਸੇ ਜਗਮਗ ਜਗਮਗ ਹੈ ਮਿਹਰਾਜ ਦੀ ਰਾਤ ਤੇ ਕਿਆ ਕਹਿੰਨੇ ਖੁਦ ਰੱਬ ਉਡੀਕਾਂ ਵਿੱਚ ਬੈਠਾ ਸਰਕਾਰ ਦੀ ਸਾਥ ਤੇ ਕਿਆ ਕਹਿੰਨੇ ਖੁਦ ਰੱਬ ਉਡੀਕਾਂ ਵਿੱਚ ਬੈਠਾ ਖੁਦ ਰੱਬ ਉਡੀਕਾਂ ਵਿੱਚ ਬੈਠਾ ਖੁਦ ਰੱਬ ਉਡੀਕਾਂ ਵਿੱਚ ਬੈਠਾ ਖੁਦ ਰੱਬ ਖੁਦ ਰੱਬ ਖੁਦ ਰੱਬ ਉਡੀਕਾਂ ਵਿੱਚ ਬੈਠਾ ਸਰਕਾਰ ਦੀ ਸਾਥ ਤੇ ਕਿਆ ਕਹਿੰਨੇ ਅਰਸ਼ਾਂ ਤੇ ਖਾਸ ਚਰਾਗਾ ਹੈ ਬਕਰੇ ਮਹਿਮਾਨ ਦੀ ਆਮਦ ਹੈ ਜਿੰਦ ਖਾਤਰ ਕੁਲ ਕੇ ਨੰਦ ਬਣੀ ਜਿੰਦ ਖਾਤਰ ਕੁਲ ਕੇ ਨੰਦ ਬਣੀ ਜਿੰਦ ਖਾਤਰ ਕੁਲ ਕੇ ਨੰਦ ਬਣੀ ਅੱਜ ਉਸ ਸ਼ੀਸ਼ਾਨ ਦੀ ਆਮਦ ਹੈ ਜਿੰਦ ਸ਼ਲਫ ਦੇ ਪੇਚੇ ਖੁੱਲ ਜਾ ਮੈਂ ਜਿੰਦ ਸ਼ਲਫ ਦੇ ਪੇਚੇ ਖੁੱਲ ਜਾ ਮੈਂ ਰਾਜਾਂ ਦੇ ਰਾਗੀ ਭੁੱਲ ਜਾ ਮੈਂ ਰਾਜਾਂ ਦੇ ਰਾਗੀ ਭੁੱਲ ਜਾ ਮੈਂ ਜੇ ਕਰਮ ਦੀ ਸੋਨਾ ਤੱਕ ਛੋੜੇ ਸੋ ਰੱਬ ਦੀ ਪੈਂਦੇ ਮੁੱਲ ਜਾ ਮੈਂ ਜੇ ਕਰਮ ਦੀ ਸੋਨਾ ਤੱਕ ਛੋੜੇ ਸੋ ਰੱਬ ਦੀ ਪੈਂਦੇ ਮੁੱਲ ਜਾ ਮੈਂ ਸੋ ਰੱਬ ਦੀ ਪੈਂਦੇ ਮੁੱਲ ਜਾ ਮੈਂ ਜਿਹੜਾ ਕਦੀ ਵੀ ਰੱਜ ਕੇ ਸੁੱਤਾ ਨਾ ਜਿਹੜਾ ਕਦੀ ਵੀ ਰੱਜ ਕੇ ਸੁੱਤਾ ਨਾ ਅੱਜ ਨਿੱਕੀਆਂ ਤਾਣ ਕੇ ਸੁੱਤਾ ਏ ਮੇਰਾ ਚਿਸ਼ਤੀ ਜੋ ਕੇ ਆਖਦਾ ਏ ਮੇਰਾ ਮਾਹੀ ਜਾਣ ਕੇ ਸੁੱਤਾ ਏ ਮੇਰਾ ਚਿਸ਼ਤੀ ਜੋ ਕੇ ਆਖਦਾ ਏ ਮੇਰਾ ਮਾਹੀ ਜਾਣ ਕੇ ਸੁੱਤਾ ਏ ਦੋ ਸਕਤੀ ਅੱਗੇ ਬੁਰਕੀ ਕੇ ਜੰਨਤ ਸਜਵਾਈ ਜਾ ਰਹੀ ਏ ਕਿਆ ਖਾਸ ਅੰਦਾਜ਼ ਏ ਸੋਹਣੇ ਦੀ ਅੱਛਾ ਵਧਾਈ ਜਾ ਰਹੀ ਏ ਤਰਤੀਬ ਅਦਮ ਦੀ ਕੀ ਦੱਸਾਂ ਤਰਤੀਬ ਅਦਮ ਦੀ ਕੀ ਦੱਸਾਂ ਤਰਤੀਬ ਅਦਮ ਦੀ ਕੀ ਦੱਸਾਂ ਜਬਰੀਲ ਨਮੋਲਾ ਖਲਿਆ ਏ ਓਏ ਮੇਰਾਜੇ ਕਮਲੀ ਵਾਲੇ ਦਾ ਜਿੰਦਾ ਸਿੱਕਾ ਜੱਗ ਤੇ ਚੱਲਿਆ ਏ ਮੇਰਾਜੇ ਕਮਲੀ ਵਾਲੇ ਦਾ ਮੇਰਾਜੇ ਕਮਲੀ ਵਾਲੇ ਦਾ ਮੇਰਾਜੇ ਕਮਲੀ ਵਾਲੇ ਦਾ ਜਿੰਦਾ ਸਿੱਕਾ ਜੱਗ ਤੇ ਚੱਲਿਆ ਏ ਜਿੰਦਾ ਸਿੱਕਾ ਜੱਗ ਤੇ ਚੱਲਿਆ ਏ ਸਰਕਾਰ ਦੇ ਨਾਜ਼ ਉਠਾਵਣ ਲਈ ਲਬ ਕੁਦਸੀ ਖੱਲੇ ਹੋਏ ਨੇ ਸਰਕਾਰ ਦੇ ਨਾਜ਼ ਉਠਾਵਣ ਲਈ ਲਬ ਕੁਦਸੀ ਖੱਲੇ ਹੋਏ ਨੇ ਅਕਸਾ ਵਿੱਚ ਯਾਰ ਦੇ ਵੈਲਕਮ ਲਈ ਖੁਦ ਨਬੀ ਵੀ ਚੱਲੇ ਹੋਏ ਨੇ ਅਕਸਾ ਵਿੱਚ ਯਾਰ ਦੇ ਕੰਮ ਵੈਲਕਮ ਲਈ ਖੁਦ ਨਬੀ ਵੀ ਚੱਲੇ ਹੋਏ ਨੇ ਸੁਣਿਆ ਕਰ ਮੀਲਾਦ ਨਬੀ ਦਾ ਪੜਿਆ ਕਰ ਮਿਹਰਾਜ ਨਬੀ ਦਾ ਜਿਬਰਾਇਲ ਦੇ ਨਾਲ ਫਰਿਸ਼ਤੇ ਕਰਦੇ ਨੇ ਕੰਮ ਤੇ ਕਾਜ ਨਬੀ ਦਾ ਅਰਸ਼ਾਂ ਤੇ ਨਾਲ ਨਬੀ ਦੀ ਕਿੱਥੇ ਹੋਸੀ ਤਾਜ ਨਬੀ ਦਾ ਕਿੱਥੇ ਹੋਸੀ ਤਾਜ ਨਬੀ ਦਾ ਉਮਤੀ ਨਹੀਂ ਤਨਕੀਦ ਕਰੇਂਦੇ ਖਾ ਕੇ ਖਿਜ਼ਰ ਅਨਾਜ ਨਬੀ ਦਾ ਉਮਤੀ ਨਹੀਂ ਤਨਕੀਦ ਕਰੇਂਦੇ ਖਾ ਕੇ ਖਿਜ਼ਰ ਅਨਾਜ ਨਬੀ ਦਾ ਆਈਏ ਹਬਾਬ ਆਪ ਹਬਾਬ ਕੀ ਖੂਬਸੂਰਤ ਸਮਾਤੋਂ ਕੇ ਹਵਾਲੇ ਬਹੁਤ ਹੀ ਪਿਆਰੇ ਸਨਾਖਾਨ ਮੁਸਤਫਾ ਕਾਬਲੇ ਸ਼ਰ ਇੱਜ਼ਤ ਇਤਰਾਮ ਬਰਾਦਰੇ ਮੋਹਤਰਮ ਜਨਾਬੇ ਹਾਫਿਜ਼ ਮੁਹੰਮਦ ਉਮਰ ਦਰਾਜ਼ ਕਾਦਰੀ ਸਾਹਿਬ ਤਸ਼ਰੀਫ ਲਿਆਉਣਗੇ ਔਰ ਆਪਣੀ ਖੂਬਸੂਰਤ ਹਾਜ਼ਰੀ ਤੋਂ ਆਪ ਆਪ ਦੇ ਦਿਲਾਂ ਨੂੰ ਨਵਾਜ਼ਣਗੇ ਮੈਂ ਇਲਤਮਾਸ ਗੁਜ਼ਾਰਾਂ ਇੱਜ਼ਤ ਇਮਾਮ ਜਨਾਬੇ ਹਾਫਿਜ਼ ਮੁਹੰਮਦ ਉਮਰ ਦਰਾਜ਼ ਸਿਆਲਵੀ ਸਾਹਿਬ ਤਸ਼ਰੀਫ ਲਿਆਉਣਗੇ ਕਾਦਰੀ ਸਾਹਿਬ ਤਸ਼ਰੀਫ ਲਿਆਉਣਗੇ ਆਪਣੀ ਖੂਬਸੂਰਤ ਹਾਜ਼ਰੀ ਤੋਂ ਆਪ ਆਪ ਦੇ ਦਿਲਾਂ ਨੂੰ ਨਵਾਜ਼ਣਗੇ ਨਾਰਾ ਤਕਬੀਰ ਨਾਰਾ ਤਕਬੀਰ ਨਾਰਾ ਤਕਬੀਰ ਸਲਾਮਤ ਰਹੀਏ ਨਾਰਾ ਤਕਬੀਰ ਨਾਰਾ ਤਕਬੀਰ ਨਾਰਾ ਰਿਸਾਲਤ ਨਾਰਾ ਰਿਸਾਲਤ ਜਿਹੜੇ ਦੋਸਤ ਖੜੇ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਸਾਂ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਤਾਂ ਸਟੇਜ 'ਤੇ ਵੀ ਜਗ੍ਹਾ ਮੈਂ ਤਸ਼ਰੀਫ ਲੈ ਮੈਂ ਸਟੇਜ 'ਤੇ ਜਗ੍ਹਾ ਇੱਥੇ ਆ ਕੇ ਬਵਨ ਜਿਹੜੇ ਦੋਸਤ ਖੜੇ ਨੇ ਮਿਹਰਬਾਨੀ ਕਰੋ ਅਗਰ ਉਹਨਾਂ ਨੂੰ ਆਦਤ ਹੈ ਮਹਿਫਲ ਖਲੋ ਕੇ ਸੁਣਨ ਦੀ ਅਤੇ ਆਦਤ ਚੰਗੀ ਨਹੀਂ ਮੈਂ ਉਹਨਾਂ ਨੂੰ ਮਸ਼ਵਰਾ ਦੇਸਾਂ ਮਹਿਫਲ ਬਹਿ ਕੇ ਸੁਣੀ ਦੀਏ ਆ ਜੋ ਸਰਕਾਰ ਦੇ ਦੀਵਾਨੇ ਹੋ ਮਹਿਫਲ ਨੂੰ ਬੈਠ ਕੇ ਸਮਾਪਤ ਕਰੋ ਮੈਂ ਸਿਰਫ ਗੁਜ਼ਾਰਿਸ਼ ਕਰਸਾਂ ਜਿਹੜੇ ਦੋਸਤ ਖੜੇ ਨੇ ਮਿਹਰਬਾਨੀ ਕਰੇ ਆ ਜਾਓ ਅਗਰ ਜਗ੍ਹਾ ਨਹੀਂ ਤਾਂ ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਨਾ ਥੋੜ੍ਹਾ ਥੋੜ੍ਹਾ ਅੱਗੇ ਤਸ਼ਰੀਫ ਲੈ ਆਓ ਆਈਏ ਹਬਾਬ ਖੂਬਸੂਰਤ ਸਨਾਖਾਨ ਮੁਸਤਫਾ ਇੱਜ਼ਤ ਬਾਬ ਜਨਾਬ ਹਾਫਿਜ਼ ਮੁਹੰਮਦ ਉਮਰ ਦਰਾਜ਼ ਕਾਦਰੀ ਸਾਹਿਬ ਤਸ਼ਰੀਫ ਲਿਆਉਣਗੇ ਆਪਣੀ ਖੂਬਸੂਰਤ ਹਾਜ਼ਰੀ ਤੋਂ ਆਪ ਆਪ ਦੇ ਦਿਲਾਂ ਨੂੰ ਨਵਾਜ਼ਣਗੇ ਇੱਕ ਵਾਰੀ ਮੁਹੱਬਤ ਦੇ ਨਾਲ ਨਾਰਾ ਬੁਲੰਦ ਕਰ ਨਾਰਾ ਤਕਬੀਰ ਹੱਥ ਬੁਲੰਦ ਕਰੇ ਉਹ ਬੰਦਾ ਜਿਹੜਾ ਸਰਕਾਰ ਦਾ ਨੌਕਰ ਹੈ ਹੱਥ ਬੁਲੰਦ ਕਰਕੇ ਨਾਰਾ ਰਿਸਾਲਤ ਨਾਰਾ ਰਿਸਾਲਤ ਨਾਰਾ ਤਹਕੀਕ ਦਮ ਦਮ ਬੋਲ ਹਰ ਦਮ ਬੋਲ ਨਾਰਾ ਜੀ 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 ਜੀ
کریم آقا دے دیوانے اج چک نمبر 142 کھائی ہیراں دی سر زمین تے اکٹھے نے حضور دے نوکر حضور دے نوکر حضور دے ناں تے آواز بلند کر کے کہہ رہے نے سیدی مرشدی سیدی مرشدی اساں تاج تے تخت نو کی کرنا ہے ساڈا تاج تیری نہ لینے اساں تاج تے تخت نو کی کرنا ہے ساڈا تاج تیری نہ لینے اے کملی والے محبوبا تیری یاد دلاں دا چین ہے جیندی جیندی دلاں دا چین سرکار دی یاد ہے ہاتھ بلند کر کے سیدی مرشدی اساں تاج تے تخت نو کی کرنا ہے ساڈا تاج تیری نہ لینے اے کملی والے محبوبا اے کملی والے محبوبا تیری یاد دلاں دا چین ہے تو حاکم ہے ہر حاکم دا ایو ہر حاکم دا کہنے تیرے نال دا سونا ہک وی نہیں سچ کہنا قسم حسین ہے سیدی مرشدی سیدی مرشدی جناب 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 حافظ عمر دراز قادری صاحب اعوذ باللہ من الشیطان الرجیم بسم اللہ الرحمن الرحیم وما ارسلناک الا رحمتا للعالمین اس تو وڈی نعت تے کوئی نہیں سبحان اللہ جنو اس نعت نال پیارے سبحان اللہ کے صدق اللہ العظیم موضوع سامین السلام علیکم انتہائی دل دیاں تھا گرائیاں دے نال میں مبارکباد پیش کرنا اج دی محفل دے تمام انتظامیہ نوں جنہاں اس پاک لجپال محبوب دی محفل سجائی جی دی محفل سجاون دے واسطے بندے دا نصیب بھی پاک ہونا چاہی دے اور بالخصوص مبارکباد سب تو وڈی اس چیز دی ہے کہ سائیاں پسند فرما لیا کہ اے بندے میری نوکری کرن اللہ سبحان اللہ برادر محترم میرے ملک دا بہت بڑا نام نقابہ دے حوالے نال بھائی محمد زندورین سیالوی صاحب علوی صاحب اب دے حکم دے میں اللہ اور اللہ رسول دی مہربانی نال وعدہ وفا کرن دی کوشش کیتی اور اودے وچ میں کامیاب ہویا بھائی کا ودیر تو کہہ رہے سن سبحان اللہ کھو تے تو سبحان اللہ نہیں آکھی تے میں نہ تسی ہن نہ ہی آکھو تے خیر ہے تہاڈا جو میں نہیں دل سبحان اللہ کھن تے اساں تانوں ضرور ترلے کرنے نبی سبحان اللہ آکھو ایک ہی ہویا بھی نعت بھی سنائیے تے سبحان اللہ ویسے پنیے نہ اللہ دا لینا تے وہ بھی تانوں ترلے کریے بھی اللہ دا نام لے لو اگر تو اپنی سدھی کرنی نے تہاڈا وی ہن دل بن پوے نا بھی سبحان اللہ بننی ہے تے مڑ کے آئے تے جنا بنے تے مڑ چپ کر کے سنی ویسا تے مڑ آ جو ہیں اونج دعا اے ضرور کرساں بھی جڑا آکھے وہ بھی مدینے جاوے تے جڑا نہ آکھے وہ بھی مدینے جاوے ہر بندہ جنہیں دری بھی فڑ کے سدھی کیتی ہوئے وہ بھی خاص الخاص مہمان ہے اور وہی بندہ اس انتظام میں حصہ لے سکتا ہے جنہوں سائیں پسند کر لیں جتنے دوست آئے ہو کہ ایویں نہیں آ گئے جنہیں دی محفل ہے انہیں سدیا انہیں کرم دی
نگاہ تھوڑے والی کی تھی تاں تسی محفل چ آئے بیٹھے. جڑا بندہ خوش بیٹھا ہے آیا ہی مصطفیٰ واسطے ادھر دے پاک دی صدا دے وچ جنوں مصطفیٰ نے بلایا محفل صلی اللہ کیا بات ہے جیتے رہیے صلی اللہ علیہ یا وسلم علیک یا حبیب اللہ ذرا مل گئے بڑیے صلی اللہ علیہ وسلم علیک یا حبیب اللہ صلی اللہ علیہ وسلم. کیا بات ہے. چلو یہ تو میں کہہ سکتا کہ جنہوں درود پسند ہے وہ درود بڑے, لیکن ہوں یہ کہاں گا کہ جنہوں درود پسند کیتے بیٹھا کہ میں یہ منہ دیا وا وہ درود بڑے ذرا صلی اللہ علیہ وسلم علیک یا حبیب اللہ. سرکار نے سدیا کول اپنے اے کرم جے نہیں سرکار نے سدیا کول اپنے اے کرم جے نہیں تے کیے کجے عیب حضور نے عیبیاں دے اے برم جے نہیں تے کیے کجے عیب حضور نے عیبیاں دے اگلی گل سننا. پتھر کھا کے حاکم ہس پونا دل نرم جی نہیں دیکھیے پتھر کھا کے حاکم ہس پونا دل نرم جی نہیں دیکھیے جتھے نقش لگ ہوتے قدم دے او حرم جے نہیں دے کیے جتھے نقش لگن ہوتے قدم دے او حرم جے نہیں دے کیے تک دل دیا نظران تک دل دیا نظران دلدار تو ود کے کونے
بچے نہیں سمجھن گے تاکہ دل دیا نظر نال کدی دلدار تو ود کے کون ہنجو آپ گواگ نے حاکم غم خار تو ود کے کون اگلی گل جندی زلف ولیل ہے اس سونے شاہکار تو ود کے کون جندی زلف ولیل ہے اس سونے شاہکار تو ود کے کون حسنین دی سو کائنات دے وچ سرکار تو ود کے کون حسنین دی سو کائنات دے وچ سرکار تو ود کے کون بلا گلو لا بکمانی کشف دو جا بھی جوانی حسنت جمیعوں کے سالے کوئی قسمت آڑا بولے سلو علیہ وآلہی قبلہ دونوں رہن بھائی وآلہی دی حوالہ ایک روبائی جڑے مدینہ پاک جانا چاہ دن انہوں نے ایک پیغام ہے اور میسج ہے سوال لگ کہہ دو ورنہ دو مووی والے میرے اپنے نے میں انہوں نے کہہ دینا کمر گھما کے آپ ہی ویکھ لو کہ کیڑا سوال لگا رہے سبحان اللہ ساؤنڈ بھی میرا اپنا ہے تے مووی میری اپنی ہے ایسی کوئی گل نہیں اللہ انہاں دا پیار سلامت رکھے جڑے لوگ مدینہ پاک جانا چاہندے ہیں انہوں نے ایک پیغام ہے میسج ہے کی توجہ ہوئے سارے مرو بھی پڑھ دیں جی بسم اللہ نبی پاک دے شہر دی گلیاں چو کوئی گلی ناراض نہ ہو اس تو بعد جملہ کوئی نہیں میرے کو تو سبحان اللہ کہہ لو نبی پاک دے شہر دی گلیاں چو کوئی گلی ناراض نہ ہوے پاویں غوث جلی پاویں میرے علی کوئی ولی ناراض نہ ہوئے پھاویں غوث جلی پھاویں میرے علی کوئی ولی ناراض نہ ہوئے توجہ نعمت نو او تلی ناراض نہ ہوئے جب رسدا حاکم رس جاوے کہ علی ناراض نہ ہوئے جگ رسدا جگ رسدا علی حاکم رس جاوے کہ علی ناراض نہ ہوئے آخری دبائی جڑا سچا سچا حسینی سبحان لگا وے اپنی آواز بھی چیک کر لو تے ساڈے بھائی ارشد دی آواز چیک کرو اوج سبحان لگا ہے آخری دبائی مولا حسین دی بارگاہ وچ جی بسم اللہ جو سچا سچا حسینی ہے اود نہیں میری گل ہے میں کہ جگ رسدا حاکم رس جاوے ایک علی ناراض نہ ہوے او ذرا حسین دی شان سن جی بسم اللہ تسی کی جانو شبیر دے رتبے اچے شان حسین دے بہو ہیں بے شک سبحان سٹیج والے ذرا محبت فرما تسی کی جانو شبیر دے رتبے اچے شان حسین دے بہو ہیں بہو ہیں یعنی کہ بہت زیادہ تو دل نو پھول کے ویکھ ذرا ارمان حسین دے بوہن ارمان حسین دے بوہن بھائی پوری توجہ میرے ورگے حاکم کئی حاکم دربار حسین دے بوہن دربار حسین دے بوہن کعبے مسجد
एहसान हुसैन दे बौहन काबे मस्जिद कुरान होते एहसान हुसैन दे बौहन होवे जेब खाली हाथ ना तली बोले होवे जेब खाली हाथ ना तली बोले जुदा जद शाख तू होवे भला कदों कोई कली बोले होवे जेब खाली हाथ ना तली बोले जुदा जद शाख तू होवे भला कदों कोई कली बोले सिर नाल धड़ होवे ते हर कोई बोलदा ना सिर बिना धड़ दे अगर बोले हुसैन इब्ने अली बोले काबे मस्जिद कुरान उते एहसान हुसैन दे और भाई ने मोहब्बत फरमाई क्यों ना होवे ओदी बारगाह च क्यों ना नौकरी पेश की दी जावे जिंदे नाल पंजा वफा की दी है और ए हुन ओ इथे सुभान अल्लाह ओही कहेगा जेड़ा गैरतमंद सुन्नी है सुभान अल्लाह क्योंकि इथे गैरत दा मसला जरा आपे ही हाथ उठ जाने आपे ही सुभान अल्लाह निकल जानी जे अगर अंदरों मन दे होते हां सुन जरा लख शुक्र जो ओदियां अखियां नु वाह वाह असा यार पसंद हो गए बच्चे दा खेल नहीं लख शुक्र जो ओदियां अखियां नु असा यार पसंद हो गए हाथ जोड़ के ओदियां हुक्मां दे दम 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 पाबंद हो गए ਅਸੀਂ ਗੈਰਤਮੰਦ ਹੋ ਗਏ ਨਾਰੇ ਹੈਦਰੀ ਹੈ ਨਿਸਬਤ ਨਾਲ ਵਫਾ ਮੇਰੀ ਅਈਆ ਨਿਸਬਤ ਖਿਜ਼ਰ ਨੂੰ ਰਾਸ ਹੈ ਹੈ ਨਿਸਬਤ ਨਾਲ ਵਫਾ ਮੇਰੀ ਅਈਆ ਨਿਸਬਤ ਖਿਜ਼ਰ ਨੂੰ ਰਾਸ ਹੈ ਜੰਨਤ ਦਾ ਲਾਲਚ ਬਿਲਕੁਲ ਨਹੀਂ ਸਰਕਾਰ ਦੇ ਕਰਮ ਤੇ ਆਸ ਹੈ ਔਰ ਡੰਗ ਨੀਵੇਂ ਉੱਚੇ ਹੋ ਸਕਦੇ ਨੇ ਤਵੱਜੋ ਰੱਖਣਾ ਡੰਗ ਨੀਵੇਂ ਉੱਚੇ ਹੋ ਸਕਦੇ ਨੇ ਨਹੀਂ ਹੋਣਾ ਕਤਨ ਉਦਾਸ ਹੈ ਓਏ ਮੇਰਾ ਝੰਡਾ ਕੌਣ ਝੁਕਾ ਸਕਦਾ ਹੈ ਮੇਰਾ ਮੁਰਸ਼ਿਦ ਪੀਰ ਅੱਬਾਸ ਹੈ ਤਾਂ ਦਾ ਬੋਲ ਹਰ ਦਾ ਬੋਲ ਨਾਰਾਏ ਹੈਦਰੀ ਅੱਬਾਸ ਉਹਨੇ ਤੁਹਾਡੀ ਖਾਤਰ ਦੋਵੇਂ ਬਾਜ਼ੂ ਕਟਾਏ ਨੇ ਉਹਦੀ ਖਾਤਰ ਇੱਕ ਹੱਥ ਹਿਲਾ ਕੇ ਤੇ ਸੁਭਾਨ ਅੱਲਾਹ ਤੇ ਕਹਿ ਦੇਣਾ ਹੈ ਸੁਭਾਨ ਅੱਲਾਹ ਅੱਬਾਸ ਨੂੰ ਜਦੜ ਤੋਂ ਅੱਬਾਸ ਨੂੰ ਜਦੜ ਤੋਂ ਜੇ ਆਏ ਅਲਮ ਗਾੜੇ ਜੋ ਪੱਥਰ ਪਰ ਉਸੇ ਕਹਤੇ ਹੈ ਸਭ ਹੈਦਰ अलम गाड़े जो पत्थर पर उसे कहते हैं सब हैदर अलम गाड़े जो पानी पे उसे अब्बास कहते हैं अब्बास नो जदन तो समझे हैं जड़ा गैरतमंद बोले असी गैरतमंद हो गए सल्लु अलैहि व आलिहि तक के नबी ਕਿ ਨਬੀ ਕਹਿ ਹਰ ਕੋਈ ਸਹਿਬੇ ਹੁਸਨ ਇਵੇਂ ਹੁੰਦਾ ਤੰਕਿ ਕੇ ਨਬੀ ਕਹਿ ਹਰ ਕੋਈ ਸਹਿਬੇ ਹੁਸਨ ਇਵੇਂ ਹੁੰਦਾ ਕਹਿੰਦਾ ਫਿਰੇ ਫਲਕਾਂ ਦਾ ਚੰਨ ਕਹਿੰਦਾ ਫਿਰੇ ਫਲਕਾਂ ਦਾ ਚੰਨ ਅਰਸ਼ਾਂ ਦੇ ਚੰਨ ਇਵੇਂ ਹੁੰਦਾ ਥੱਕੇ ਨਬੀ ਮੇਰਾਜ ਵਾਲੀ ਰਾਤ ਜਿਹੜੀ ਕੱਲ ਗੁਜ਼ਰੀ ਹੈ
اسی حوالے نال میں کلام پڑھ رہا ہوں جی بسم اللہ اے بچہ پارٹی دے چپ کرو گے تے گل بنے گی میں تانوں سنانا آیا تہاڈے کو ووٹ منگن نہیں آیا آقا دینا سنانا آیا تسی سوائے سبحان اللہ تے ہور کوئی گل نہیں کرنی علوی صاحب جی بسم اللہ اسرا دی شب فرمایا رب جبریل رکھ تلیاں تے لب سمجھنا اسرا دی شب فرمایا رب جبریل رکھ تلیاں تے لب یا اللہ کیوں اللہ فرمایا جبریل گھومن دے لئی چومن دے لئی گھومن دے لئی چومن دے لئی مٹھڑے میٹھا ایویں ہوندا گھومن دے لئی چومن دے لئی اگلا شیر سوری کمال ہے جی بسم اللہ اقصا دے وچ بن مکت دی واہ واہ آنکھن پے سارے نبی کی آنکھن پے اقصا دے وچ بن مکت دی آنکھن پے سارے نبی کی آنکھن پے وکھری ادا نام مصطفی رب دے سجل بکری ادا او نام مصطفی بکری ادا نام مصطفی رب دے سجل نہ جنت نہ جنت کی گلیوں میں دیکھا نہ جنت نہ جنت کے گلیوں میں دیکھا جبریل کہہ رہا ہے نہ جنت نہ جنت کے گلیوں میں دیکھا مزہ جو محمد کی تلیوں میں دیکھا اور اگلا شیر جی بسم اللہ قلعہ خیبر فتح نہیں ہو رہا تڈ ذوق دی نظر جی بسم اللہ قلعہ خیبر فتح نہیں ہو رہا سرکار نے فرمایا تمی جھنڈا اونوں دسا ہے اللہ دے اللہ دے رسول نال بھی پیار کرتا ہوئے اور اللہ تے اللہ دے رسول او دے نال بھی پیار کرتا ہوئے ہن صبح ہوئی تے کی ہویا توجہ بلایا جنوں شاہ امم توجہ میرے والے بلایا جنوں شاہ امم بلا کے دتا جس نو علم مرحب کوے کھا کے زخم مرحب کوے کھا کے زخم خیبر شکر ایویں ہوندا مرحب کوے کھا کے زخم خیبر شکر ایویں ہوندا تنگے نبی جڑا وفادار حسینی ملنگ جڑا ہے حسینی ملنگ کریے نتن حسینی ملنگ کریے نتن غلام حسن ایویں ہوندا تک کے نبی گھر ہو
ਮੈਂ ਕੁਝ ਹੋਰ ਪੜ੍ਹਨ ਲੱਗਾ ਸਾਂ ਮਹਿਰਾਜ ਦੇ ਹਵਾਲੇ ਨਾਲ, ਲੇਕਿਨ ਬਾਈ ਦੇ ਹੁਕਮ ਤੇ ਜਿੰਦਾ ਰੱਬ ਤਾਲੇ ਅਸੀਂ ਉਸ ਸੋਹਣੇ ਮਤਲੂਬ ਦੇ ਦਰ ਤੂੰ ਆਏ ਸੁਭਾਨ ਅੱਲਾਹ ਸੁਭਾਨ ਅੱਲਾਹ ਕਿਨੇ ਕਹਿਣੀ ਜਿੰਦਾ ਰੱਬ ਤਾਲਿਬ ਅਸੀਂ ਉਸ ਸੋਹਣੇ ਮਤਲੂਬ ਦੇ ਦਰ ਤੂੰ ਆਏ ਹੇ ਸੰਗ ਜੋ ਹੇ ਸੰਗ ਰੱਬ ਨਾਲ ਮਨਸੂਬ ਉਸ ਮਨਸੂਬ ਦੇ ਦਰ ਤੂੰ ਆਏ ਉਸ ਖੂਬ ਦਰ ਤੂੰ ਹੈ ਸਾਨੂੰ ਆਪ ਭਿਕਾਰੀ ਨਾ ਸਮਝੀ ਮਹਿਬੂਬ ਦੇ ਦਰ ਤੂੰ ਅਸੀਂ ਉਸ ਸੋਹਣੇ ਮਤਲੂਬ ਦੇ ਦਰ ਤੂੰ ਆਏ ਹੇ ਸੰਗ ਰੱਬ ਨਾਲ ਮਨਸੂਬ ਉਸ ਮਨਸੂਬ ਦੇ ਦਰ ਤੂੰ ਆਏ ਜਿਸ ਵਿੱਚ ਕੋਈ ਹਾਕ ਐਬ ਨਹੀਂ ਉਸ ਖੂਬ ਦੇ ਦਰ ਤੂੰ ਆਏ ਮਹਿਬੂਬ ਦੇ ਦਰ ਤੋਂ ਹੈ ਸਾਨੂੰ ਆਮ ਬਿਕਾਰੀ ਨਾ ਸਮਝੀ ਮਹਿਬੂਬ ਦੇ ਦਰ ਤੋਂ ਹੈ ਮੌਲਾ ਦੇ ਵਿੱਚ ਘਰ ਹੋਵੇ ਉੱਥੇ ਰਹਿਮ ਲੈਂਦਾ ਸਫ਼ਰ ਕੋਈ ਮਦੀਨੇ ਦਾ ਕਰਕੇ ਤਾਂ ਵੇਖੇ ਨਹੀਂ ਤਾਂ ਹੋਵੇ ਕੀ ਬਾਤ ਜਿਹੜੇ ਮਦੀਨਾ ਪਾਕ ਗਏ ਨੇ ਜੀ ਜੀ ਉਹਨਾਂ ਵੇਖੇ ਹਸਨਾ ਸਰਕਾਰ ਮਦੀਨਾ ਸੁਲਸਨ ਦਾ ਰੌਜ਼ਾ ਪਾਕ ਇਹ ਬੱਚੇ ਨੂੰ ਚੁੱਪ ਕਰਾ ਸੋ ਤੇ ਗਲਬੜ ਸੀ ਆਪ ਦੇ ਰੌਜ਼ਾ ਪਾਕ ਦੇ ਕਦਮਾਂ ਦੇ ਨਾਲ ਜੰਨਤੁਲ ਬਕੀ ਉੱਥੇ ਮਜ਼ਾਰੇ ਸਹੀਦਾ ਕਾਇਨਾਤ ਦਾ ਹੁਣ ਸਿਰ ਸੁਣ ਜ਼ਰਾ ਇਹੋ ਮੈਂ ਸੋਚ ਕੇ ਜਾਵਾਂ ਬਕੀ ਵਿੱਚ ਐ ਮੇਰੇ ਮੌਲਾ ਇਹੋ ਮੈਂ ਸੋਚ ਕੇ ਜਾਵਾਂ ਬਕੀ ਵਿੱਚ ਐ ਮੇਰੇ ਮੌਲਾ ਕਿਆ ਨਬੀ ਖੁਦ ਹੀ ਖੁਦ ਹੀ ਮਨੀ ਪੋਸ ਜੇ ਖੁਸ਼ ਜ਼ਹਿਨ ਦਿਮਾਗ ਹੋਵੇ ਮੌਲਾ ਤੈਬਾ ਜੇ ਘਰ ਹੋਵੇ ਉੱਥੇ ਰਹਿਮ ਨਹੀਂ ਤਾਂ ਹੋਵੇ ਨਬੀ ਦਾ ਖੁਦ ਹੁੰਦਾ ਮੌਲਾ ਅਲੀ ਦਾ ਮੁਸਤਫਾ ਮੌਲਾ ਦਮਦਮ ਬੋਲ ਹਰਦਮ ਬੋਲ ਨਾਰਾਏ ਵੇਖਣੀ
کون کون کدا کدا مولا ہے نبی دا خود خدا والا علی دا مصطفیٰ والا علی نو جو بھی کہ مولا جدا جدا ہے علی نو جو بھی کہ مولا او مومن جا کے تا ہوئے مولا تیبا چگر ہوئے او تیرا مر نہیں تھا ہوئے آج دا مقتل بڑھ دی جی بسم اللہ نکل جائے گی علی ہر ایک جاتے اما ہوے اما ہوے مولا تیبا چھ گھر ہوے او تیرا غمر نہیں تھا ہوے آقا تیری نین زیارت منگ دے دے ہو جاوے ایک بار منگ دینے ہو جاوے ایک بار عنایت منگ دینے بولا ہو جاوے ایک بار عنایت منگ دینے اور شیر سننا سارے مرسل اگسادے وچ اے آقا سارے مرسل اگسادے وچ اے آقا رب تو تیری پھر امامت منگ دینے رب تو تیری پھر امامت منگ دینے ہو جاوے ایک بار عنایت منگ دینے اور حسن دی محفل اندر سونے سب سونے حسن دی محفل اندر سونے سب سونے جد میں کو بس تیری صدارت منگ دینے ہو جاوے ایک بار اور میں مدل دگری پہنچ گیا اگر مثال دیتا اگر بیت میں ہے موڑ سنندہ ایک ہوٹل دے بیک کٹھے روٹی کھا رہے بھی ہے بھائی کہہ اندر کہ حافظ صاحب دا بل میں بھر دینا یہ دا مطلب ہے انہاں نے مینوں پیارے تھے مینوں انہاں نے پیارے تھے انہاں نے مینوں پیارے ہن توجہ کرنا کہ مولا حسین نے اپنے نانے دا دین دا کیویں بل بھریا اسی توجہ پاک حسین نے آنکھیاں نانا بھر دے سا پاک حسین نے آنکھیاں نانا بھر دے سا دشمن جو بھی قیمت منگ دینے دین دی دشمن جو بھی قیمت منگ دینے ہو جاوے ایک بار اپنے کیتے دے کھڑے ہو کے دسنا ہے کہ غوث اعظم دا رتبہ وڈا ہے یا مولا حسین دا رتبہ وڈا ہے جی مولا حسین دا رتبہ وڈا ہے جے غوث اعظم دا دھوبی آکھے فرشتیاں نو قبر وچ کہ میں غوث اعظم دا دھوبی ہاں تے اونوں معاف کر دین تے جڑا آلے نبی دا نوکر ہے توجہ ہے ذرا کہہ جو دتے آلے نبی دا نوکر ہاں جو ہے کہہ جو دتے آلے نبی دا نوکر ہاں قدسی کانوں ہور وضاحت منگ دینے ہو جاوے ایک بار ارے دمکتا ساڑھے نبی پاکو نے جنہ نے امتی ہون دی خاطر موسیٰ علیہ السلام نے دعا مانگیا کہ یا اللہ میرے نبی نہ بناو اس محبوب دا امتی پیدا کر دی توجہ ذرا حاکم میں اس نبی دا
امتحان جنوں نادر سبحان لگے حاکم میں دے اس نبی دا امتحان موسی جیں جس دی نسبت منگ دے نے موسی جیں جس دی نسبت منگ دے نے ہو جاوے اک وار آخری نادیہ کلام اس تو بعد منبت پھر اجازت نعرہ حیدری یا علی ایک کلام تے میں دونوں بالکل نہیں کہوں گا سبحان اللہ کو اگر دل کرے تو کہہ دینا کیونکہ میں پڑھی جانا ہے اہل ذوق نے سننا ہے محبوب معافی منگی جنوں اپنے حبیب دے ناز اٹھاوے ہر ایک انگ دیاں قسماں کھاوے رب ہو کے تیرے قسماں تے معافیاں دے جائے دے نا پوری حاضری دا نچوڑ سے میں راج اللہ اللہ نے فرمایا اپنے محبوب نو کیا پردے کرنے کی میں تیتھو میں توجہ جانا پردے کرنے کی میں تیتھو پردے کرنے کی میں تیتھو جو منگنا آئی منگ لے میں تھو بڑے مان ہو دن سجنا تے بڑے مان ہو دن سجنا تے او معافیاں دے جا او دینا تے کلام چھڑ دے ہویا آخری دو شیر منبت پھر اجازت جی بسم اللہ کہ جڑا آسان سنے جاوے وہی سنانا چاہیے ہے نعرہ حیدری علی ورگا زمانے تے کوئی پیر وہا میں کیا بات ہے میں مسئلہ ملا چھڑتا ہوں نا تسی ابتدا بڑی کمال کی تھی سنن دی تے آخری دو شیر مرتبہ دینے توجہ نہ سن لو میرے واسطے ہی کافی پہلی حاضری میری تواڈے علاقے وچ لیکن سلوٹ تواڈے ذوق نو علی ورگا زمانے تے کوئی پیر وہا مینوں علی باد محمد دا کوئی ورگا زمانے تے کوئی پیر وہا مینوں شیر سننا اچھی ذات علی دیئے کہے ذات علی دیئے اچھی ذات علی دیئے
علی ورگی کسے دی بی جاگیر بکھانو علی ورگا زمانے تے کوئی پیر بکھا مینو میری حاضری دا آخری شعر جی بسم اللہ اور حتمی آخری شعر وجہ ہو جائے ایتا حتی عبداللہ کچھ سوال لگا کہہ سکی جڑا تیرا آخری شعر میرا ایتا حتی عبداللہ چہرہ وجہ اللہ چہرہ وجہ اللہ اس صورت جئی کوئی تصویر بکھا میں علی ورگا زمانے تے کوئی پیر بکھا میں ماشاءاللہ بہت مہربانی بہت شکریہ جنگے اور انشاءاللہ اپنے نورانی وجدانی لاسانی خطاب تو آپ حباب دے دلانا نوازنگے انہوں نے ساڑھا ٹائم ساڑھے گیارہ دے گیارہ ہو گئے نے انشاءاللہ ساڑھے گیارہ آپ سٹیج دے ہونگے اور انشاءاللہ اپنے خطاب تو آپ حباب دے دلانا نوازنگے ترابی صاحب تقریباً پہنچ گئے نے انشاءاللہ چند لمحات تو بعد آپ سٹیج تے جلوہ فروز ہونگے اور اپنے خصوصی خطاب تو آپ حباب دے دلانا نوازنگے حضرات قبلہ حافظ عمر دراز سیالوی صاحب بڑے خوبصورت اور پیارے انداز دنال اپنی خوبصورت حاضری تو آپ حباب دے دلانا نواز رسن دعا ہے کہ اللہ تبارک و تعالی قبلہ کاری صاحب دا پڑھنا اور توڑا سننا اپنی پاک بار کا دندر قبول فرمائے ایک چھوٹا جا بچہ ہے بڑے ٹیم تو آیا بیٹھ ہے اس بھی انشاءاللہ دو شیر نات پڑے گا نات خان ایک دو ہور بھی نے ساڑے مہمان نے میں کوشش کراں گا کہ انہوں نے بھی ٹیم مل جائے لیکن وہ بھی کوشش کریں کہ مختصر پڑھیں ایک اعلان سماعت فرمائیے حضرات انشاءاللہ 7 مئی بروز سوموار چک نمبر 142 کھائیا ہیرا چک دے اندر ایک عظیم و شان محفل ذکر خدا اور محفل میلاد مصطفیٰ صلی اللہ علیہ وآلہ وسلم دے انعقاد ہو رہے جن دی صدارت عالمی مبلغ اسلام الحاج خواجہ خواجگان قبلہ عالم محبوب المشیخ حضور خواجہ محبوب الہی نسیم صاحب آستانہ علیہ وادی عزیز شریف آپ کی سیر صدارت ایک خوبصورت بزم پاک دے انعقاد کیتا جا رہے جس دے اندر ایک خوش نصیب نو قرہ اندازی دنال عمرے دا ٹکٹ بھی دیتا جانا ہے حضرات نو پر زور التماس ہے کہ اس خوبصورت بزم پاک دے اندر شامل ہو کے ثواب درین حاصل کریے ایک اور اعلان سماعت فرمائیے انشاءاللہ 17 اپریل بروز منگل بعد از نماز عشاء با مقام جامعہ مسجد مدنی چیک نمبر 144 پرانا پنڈ کھوکھرا ایک عظیم و شان محفل میلاد مصطفیٰ صلی اللہ علیہ وآلہ وسلم دے انعقاد ہو رہے جن دے اندر خصوصی خطاب پیر طریقت راہبر شریعت حضرت علامہ مولانا صاحبزادہ پیر سید فیض الحسن شاہ صاحب چشتی بخاری آپ اپنے خصوصی خطاب تو آپ اب دے دلوں نو نوازن گے اتے آ جاؤ انشاءاللہ تمام دوستاں نو التماس گزارے کہ اس خوبصورت بزم پاک کے اندر شرکت فرما کے ثواب دران حاصل کیجئے نعرہ تکبیر جڑے تھک گئے ہو نہ بولو نعرہ تکبیر نعرہ تکبیر نعرہ رسالت نعرہ رسالت نعرہ تحقیق نعرہ حیدری صلی اللہ علیک یا رسول اللہ وسلم یا حبیب اللہ محبوب کی محفل کو محبوب سجاتے ہیں محبوب کی محفل کو محبوب سجاتے ہیں آتے ہیں وہی جن کو سرکار بلاتے ہیں اور جس جس عقیدہ کے سانو سرکار نے بلایا مل کے آپ دشان اقدس تے درود پاک دا نذرانہ پیش کرو صلی اللہ علیہ یا رسول اللہ وسلم یا حبیب اللہ
करम मांगता पढ़ के उस तो बाद जावांगा दमे दमे सोरा सही मेरा लजपाले दमे दमे सोरा सही मेरा लजपाले फिकर ते गम ना कोई जान भी रिसियाले दम दम सोरा पीर सियाले दे दर ते जड़ा मंगता बने सियाले दे दर ते जड़ा मंगता बन के आया जोले भर के मुर्शिद सोने खैर करम दा पाया जोलिया भर के मुर्शिद सोने खैर इस दे दर ते जो भी आया हो गया मां हलो माले दम दम सोरा ते मुका में तू सा सुभान अल्लाह करिए तब अपनी हाजरी दाखिल शेर अगर शुरू करना है तू सा सुभान अल्लाह बोलनी है ता शुरू करना है ढिल्ले बोंगो पता लग गया कि चिश्ती बैठे ने कोई मिल के सुभान अल्लाह पढ़ लो ना कोई मौत दा खतरा मैनू ना कोई खौफ कबर दा ना कोई मौत दा खतरा मैनू ना कोई खौफ कबर दा लाज रखे सी जामिन रोजे शरदा आकिब वर्गे पे अमलांदा रख सिया पे ख्याले दम दम सोरा सही मेरा लजपा